ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੇ ਪੰਜਾਬ ਦੇ ਹੜ੍ਹ ਵੱਖ ਵੱਖ ਪਿੰਡਾਂ ਦੇ ਵਿੱਚ ਜਿਹੜੀ ਮਾਰ ਕਰ ਰਹੇ ਨੇ ਅਤੇ ਉਹਨਾਂ ਦੇ ਵਿੱਚ ਲਗਾਤਾਰ ਪਿਛਲੇ 8 ਦਿਨਾਂ ਤੋਂ 9 ਦਿਨਾਂ ਤੋਂ ਜਦ ਦੇ ਹੜ੍ਹ ਆਏ ਨੇ ਤਾਂ ਦੀ ਜਿਹੜੀ ਸੇਵਾਵਾਂ ਨੇ ਖਾਲਸਾ ਏਡ ਵੱਲੋਂ ਉਹ ਰੈਗੂਲਰ ਚੱਲ ਰਹੀਆਂ ਨੇ ਅਤੇ ਜਿਵੇਂ ਹੀ ਪਹਿਲਾਂ ਰੈਸਕਿਊ ਜਾਂ ਉਸ ਤੋਂ ਬਾਅਦ ਜਿਹੜਾ ਰਿਲੀਫ ਓਪਰੇਸ਼ਨ ਜਿਹੜੇ ਚੱਲੇ ਨਾਲ ਦੀ ਨਾਲ ਲੋਕਾਂ ਨੂੰ ਘਰਾਂ 'ਚੋਂ ਬਚਾਇਆ ਗਿਆ ਅਤੇ ਨਾਲ ਹੀ ਉਹਨਾਂ ਨੂੰ ਜੋ ਜ਼ਰੂਰਤਮੰਦ ਦਾ ਸਮਾਨ ਸੀਗਾ ਉਹ ਦਿੱਤਾ ਗਿਆ। ਸੋ ਜਿਹੜਾ ਅੱਜ ਪਿੱਛੇ ਤੁਸੀਂ ਦੇਖ ਰਹੇ ਹੋ ਜਿਹੜਾ ਕੰਮ ਚੱਲ ਰਿਹਾ, ਸੋ ਇਹ ਇਸ ਟਾਈਮ ਅਸੀਂ ਇੱਕ ਆਪਣਾ ਬੇਸ ਬਣਾਇਆ ਜਲੰਧਰ ਸ਼ਹਿਰ ਦੇ ਵਿੱਚ ਜਿੱਥੇ ਸਾਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਅਤੇ ਜਿਹੜੀ ਜਿਹੜੀ ਟੀਮਸ ਪਿੰਡਾਂ ਦੇ ਵਿੱਚ ਕੰਮ ਕਰ ਰਹੀਆਂ ਸੀਗੀਆਂ ਕਿ ਜਿਹੜੇ ਬੰਨ ਦੇ ਵਿੱਚ ਪਾੜ ਪੈਣੇ ਹੋਰ ਸ਼ੁਰੂ ਹੋਏ ਹੋਏ ਨੇ ਤਕਰੀਬਨ ਨਵਾਂ ਸ਼ਹਿਰ ਦੇ ਕੋਲ ਨਾਲ ਲੱਗਦੇ ਉੱਥੇ ਜਿਹੜਾ ਬੰਨ ਹੈ ਉਹ ਟੁੱਟਣ ਦੀ ਤਾਦਾਦ ਦੇ ਵਿੱਚ ਹੈ, ਤਕਰੀਬਨ 4-5 ਫੁੱਟ ਹੈ ਜਿਹੜਾ ਉਹ ਰਹਿ ਗਿਆ। ਅਤੇ ਇੱਕ ਹੋਰ ਪਿੰਡ ਦੇ ਵਿੱਚੋਂ ਸਾਨੂੰ ਰਿਕੁਐਸਟ ਆਈ ਹੈ ਕਿ ਉਹਨਾਂ ਦਾ ਬੰਨ ਜਿਹੜਾ ਉਹ ਵੀ ਕ੍ਰੈਕਸ ਜਿਹੜੇ ਨੇ ਉਹ ਵਧੀ ਜਾ ਰਹੇ ਨੇ ਅਤੇ ਜਿਹੜੀ ਸੇਫਟੀ ਹੈ ਉਹ ਬਿਲਕੁਲ ਉਹਨਾਂ ਦੇ ਖਤਰੇ ਦੇ ਕਿਨਾਰੇ 'ਤੇ ਹੈ। ਸੋ ਅਸੀਂ ਜਿਹੜਾ ਡਿਸੀਜਨ ਲਿੱਤਾ ਉਸ ਦੇ ਵਿੱਚ ਤਕਰੀਬਨ ਅਸੀਂ ਅੱਜ ਜਿਹੜੇ ਸੈਂਡ ਬੈਗਸ ਭਰਨ ਦਾ ਜਿਹੜਾ ਕੰਮ ਹੈ ਤਕਰੀਬਨ ਸਾਡੇ 200 ਤੋਂ 250 ਵੋਲੰਟੀਅਰਸ ਅੱਜ ਪੂਰੀ ਰਾਤ ਲੱਗ ਕੇ ਆ ਸਾਰੇ ਸੈਂਡ ਬੈਗਸ ਜਿਹੜੇ ਚੱਲ ਰਹੇ ਨੇ ਇਹ ਫਿਲ ਕਰਨਗੇ ਅਤੇ ਨਾਲ ਹੀ ਉਸ ਤੋਂ ਬਾਅਦ ਇਹ ਸੈਂਡ ਬੈਗਸ ਕੱਲ੍ਹ ਸਾਰੇ ਟਰਾਂਸਪੋਰਟ ਕਰਕੇ ਵੱਖ ਵੱਖ ਏਰੀਆਜ਼ ਦੇ ਵਿੱਚ ਡਿਸਪੈਚ ਕੀਤੇ ਜਾਣਗੇ ਅਤੇ ਇਹ ਸਾਰੀ ਜਿਹੜੀ ਸੇਵਾ ਇਹ ਸਾਰੀ ਰਾਤ ਜਿਹੜੀ ਹੈ ਕਿ ਇਹ ਚਲਦੀ ਰਹਿਣੀ ਹੈ ਤਾਂ ਜੋ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਪਾੜ ਪੈਣੇ ਸ਼ੁਰੂ ਹੋ ਰਹੇ ਨੇ ਜਾਂ ਜਿਹੜੇ ਖਤਰੇ ਦੇ ਨਿਸ਼ਾਨ ਦੇ ਕੋਲ ਨੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੇ ਸੈਂਡ ਬੈਗਸ ਬਣੇ ਬਣਾਏ ਆ ਜਿਹੜੇ ਉਹ ਭੇਜੇ ਜਾਣ ਤਾਂ ਜੋ ਪਾੜ ਪੈਣ ਤੋਂ ਅਤੇ ਬੰਨ ਟੁੱਟਣ ਤੋਂ ਰੋਕਿਆ ਜਾ ਸਕੇ ਅਤੇ ਖਾਲਸਾ ਏਡ ਦੇ ਵੀਰ ਦਿਨ ਰਾਤ ਜਿਹੜੇ ਇਹ ਸੇਵਾ ਕਰਦੇ ਹੋਏ ਅਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਤਕਰੀਬਨ ਆ ਤੁਸੀਂ ਦੇਖ ਸਕਦੇ ਹੋ ਕਿਵੇਂ 200 ਤੋਂ 250 ਵੋਲੰਟੀਅਰਸ ਸਾਰੇ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਤਾਂ ਜੋ ਵੱਧ ਤੋਂ ਵੱਧ ਸੈਂਡ ਬੈਗਸ ਭਰ ਕੇ ਰਾਤੋਂ ਰਾਤ ਅਤੇ ਇਹ ਸਵੇਰੇ ਜਿਹੜੇ ਵੱਖ ਵੱਖ ਲੋਕੇਸ਼ਨਸ ਦੇ ਵਿੱਚ ਡਿਸਪੈਚ ਕੀਤੇ ਜਾਣੇ ਨੇ। ਸੋ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਅਤੇ ਦੱਸਣਾ ਚਾਹੁੰਦਾ ਕਿ ਜਿਹੜਾ ਤੁਹਾਡਾ ਦਿੱਤਾ ਹੋਇਆ ਦਾ ਸੰਬੰਧ ਤੁਹਾਡੀ ਕੀਤੀ ਹੋਈ ਸੇਵਾ ਕਿਵੇਂ ਆਹ ਵੀਰ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਨੇ। ਸੋ ਆਹ ਸੈਂਡ ਬੈਗਸ ਦੀ ਜਿਹੜੀ ਭਰਾਈ ਆ ਇਹ ਕਰ ਕਰਕੇ ਇੱਥੇ ਇੱਕ ਲੋਕੇਸ਼ਨ ਦੇ ਉੱਤੇ ਇਕੱਠੇ ਕੀਤੇ ਜਾ ਰਹੇ ਨੇ ਤਾਂ ਜੋ ਇੱਥੋਂ ਦੀ ਵੱਖ ਵੱਖ ਲੋਕੇਸ਼ਨ ਦੇ ਜਿੱਥੋਂ ਦੀ ਐਮਰਜੈਂਸੀ ਰਿਕੁਆਇਰਮੈਂਟ ਆਉਂਦੀ ਹੈ ਉੱਥੇ ਡਿਸਪੈਚ ਕੀਤੇ ਜਾਣ। ਇੱਕ ਰੀਜ਼ਨ ਇਸ ਸੈਂਡ ਬੈਗਸ ਦਾ ਇੱਕ ਲੋਕੇਸ਼ਨ 'ਚ ਭਰਨ ਦਾ ਇਹ ਹੈ ਕਿਉਂਕਿ ਕਾਫੀ ਜਗ੍ਹਾ ਤੋਂ ਜਦੋਂ ਐਮਰਜੈਂਸੀ ਕਾਲ ਆਉਂਦੀ ਸੀ ਕਿ ਸਾਨੂੰ ਸੈਂਡ ਬੈਗਸ ਲਈ ਬੰਦਿਆਂ ਦੀ ਰਿਕੁਆਇਰਮੈਂਟ ਹੈ, ਕੋਈ ਕਹਿੰਦਾ 50 ਵੋਲੰਟੀਅਰ ਉੱਥੇ ਭੇਜ ਦਿਉ, 50 ਇੱਥੇ ਭੇਜ ਦਿਉ, ਰਾਤੋਂ ਰਾਤ ਸਾਡਾ ਬੰਨ ਟੁੱਟ ਜਾਣਾ। ਸੋ ਉਸ ਸਾਰੇ ਸਿਨੈਰੀਓ ਨੂੰ ਦੇਖਦੇ ਹੋਏ ਅਸੀਂ ਆਹ ਅੱਜ ਡਿਸੀਜਨ ਲਿੱਤਾ ਕਿ ਅਸੀਂ ਜਿਹੜੇ ਪਾੜ ਪੈਣੇ ਹਜੇ ਵੀ ਜਿਹੜੇ ਸ਼ੁਰੂ ਹੋਏ ਹੋਏ ਨੇ ਉਹਨਾਂ ਨੂੰ ਬਚਾਉਣ ਦੇ ਲਈ ਅਸੀਂ ਸੈਂਡ ਬੈਗਸ ਪਹਿਲਾਂ ਤੋਂ ਪ੍ਰਿਪੇਅਰ ਕਰ ਰਹੇ ਹਾਂ ਕਿ ਹੁਣ ਵੀ ਕੱਲ੍ਹ ਸਵੇਰੇ ਅਸੀਂ 5000 ਸੈਂਡ ਬੈਗਸ ਡਿਲੀਵਰ ਕਰਨੇ ਨੇ। ਸੋ 5000 ਸੈਂਡ ਬੈਗ ਦੀ ਸਾਰੀ ਟੀਮਾਂ ਜਿਹੜੀਆਂ ਆ ਤੁਸੀਂ ਦੇਖ ਰਹੇ ਕਿ ਲੱਗੀਆਂ ਹੋਈਆਂ ਨੇ, 200 ਤੋਂ 250 ਵੋਲੰਟੀਅਰ ਜਿਹੜੇ ਸਾਰੇ ਪਾਸੇ ਆਫਿਸ ਦੇ ਬਾਹਰ ਲੋਕੇਸ਼ਨ ਦੇ ਵਿੱਚ ਲੱਗੇ ਨੇ। ਸੋ ਇਹ ਜਿਹੜਾ ਸਾਰਾ ਕੰਮ ਆ ਸਾਰੇ ਸੇਵਾਦਾਰਾਂ ਦੇ ਸਦਕਾ ਦਿਨ ਰਾਤ ਇੱਕ ਕਰਨ ਵਾਲਾ ਕੰਮ ਜਿਹੜਾ ਚੱਲ ਰਿਹਾ। ਸੋ ਮੈਂ ਸਾਰੀ ਸੰਗਤ ਨੂੰ ਇਹ ਅਪਡੇਟ ਦੇਣਾ ਚਾਹੁੰਦਾ ਕਿ ਜਿੱਥੇ ਰੈਸਕਿਊ ਦੀ ਲੋੜ ਸੀ ਉਦੋਂ ਰੈਸਕਿਊ ਓਪਰੇਸ਼ਨ ਚੱਲੇ, ਜਦੋਂ ਰਿਲੀਫ ਦੀ ਲੋੜ ਹੈ, ਐਮਰਜੈਂਸੀ ਫੂਡ ਦੀ ਲੋੜ ਹੈ, ਉੱਥੇ ਉਹ ਚੀਜ਼ਾਂ ਚੱਲ ਰਹੀਆਂ। ਸੋ ਲੋੜ ਨੂੰ ਦੇਖਦੇ ਹੋਏ ਜਿਵੇਂ ਜਿਵੇਂ ਸਾਡੇ ਕੋਲ ਪ੍ਰੋਬਲਮਸ ਆਪਣੇ ਪਹੁੰਚ ਰਹੀਆਂ ਸਾਡੇ ਹੈਲਪਲਾਈਨਸ ਨੰਬਰ 'ਤੇ, ਉਵੇਂ ਉਵੇਂ ਅਸੀਂ ਆਪਣੇ ਐਕਸ਼ਨਸ ਹੈ ਜਿਹੜੇ ਉਹ ਪਲਾਨ ਕਰ ਰਹੇ ਹਾਂ। ਸੋ ਇਹ ਐਕਸ਼ਨ ਜਿਹੜਾ ਹੈਗਾ ਇਹ ਅੱਜ ਸੈਂਡ ਬੈਗਸ ਭਰਨ ਵਾਲਾ ਸਾਰੀ ਟੀਮਸ ਦਾ ਤਕਰੀਬਨ ਪੂਰੀ ਰਾਤ ਅੱਜ ਇਹਨਾਂ ਨੇ ਸਾਰਿਆਂ ਨੇ ਇੱਥੇ ਰਹਿ ਕੇ ਸੇਵਾ ਕਰਨੀ ਅਤੇ ਸਵੇਰੇ 5000 ਸੈਂਡ ਬੈਗਸ ਅਸੀਂ ਜਿਹੜੇ ਡਿਲੀਵਰ ਕਰਨੇ। ਸੋ ਜਿਹੜੇ ਵੀਰ ਸੇਵਾ ਕਰ ਰਹੇ ਨੇ ਉਹ ਤੁਹਾਡੇ ਸਹਿਯੋਗ ਦੇ ਨਾਲ ਹੈ,
ਇਸ ਤੋਂ ਬਾਅਦ ਜਿਹੜੇ ਸਾਡੇ ਰੀਹੈਬਲੀਟੇਸ਼ਨ ਦੇ ਜਿਹੜੇ ਪ੍ਰੋਜੈਕਟਸ ਨੇ ਉਹਨਾਂ ਦੇ ਵਿੱਚ ਜਿਹੜਾ ਸਾਡੇ ਪਲਾਨਸ ਨੇ ਉਹ ਬਣ ਰਹੇ ਨੇ ਕਿ ਇਸ ਫੇਸ ਤੋਂ ਬਾਅਦ ਕਿ ਉਹਨਾਂ ਦਾ ਮੁੜ ਵਸੇਵਾ ਉਹ ਕਿਵੇਂ ਕਰਨਾ, ਬਟ ਹਜੇ ਜਿਹੜੀ ਲੋੜ ਹੈ ਉਹ ਜਿਹੜੇ ਬੰਨ ਟੁੱਟਣ ਨੂੰ ਰੋਕਣ ਦੀ ਹੈ। ਸੋ ਉਹਦੀ ਰੋਕ ਦੇ ਲਈ ਜਿਹੜੀਆਂ ਸੇਵਾਵਾਂ ਨੇ ਉਹ ਚੱਲ ਰਹੀਆਂ ਨੇ ਅਤੇ ਤੁਸੀਂ ਦੇਖ ਲਓ ਕਿ ਸੋ ਇਹ ਨਹੀਂ ਕਿ ਦਿਨ ਵੇਲੇ ਸੇਵਾ ਚੱਲ ਰਹੀ, ਖਾਲਸਾ ਏਡ ਦੇ ਵੋਲੰਟੀਅਰ ਦਿਨ ਰਾਤ ਜਿਹੜੇ ਸ਼ਿਫਟਾਂ ਦੇ ਵਿੱਚ ਜਿਹੜੇ ਸੇਵਾਵਾਂ ਦੇ ਵਿੱਚ ਲੱਗੇ ਹੋਏ ਨੇ। ਭਾਜੀ ਇਹਨੂੰ ਚੱਕ ਕੇ ਰੱਖ ਪਿੱਛੇ। ਸੋ ਸਾਰੀ ਟੀਮ ਇਸ ਟਾਈਮ ਸੈਂਡ ਬੈਗਸ ਭਰਦੇ ਹੋਏ ਅਤੇ ਸਵੇਰੇ ਇਹ ਸੈਂਡ ਬੈਗ ਸਾਰੇ ਤੁਸੀਂ ਦੇਖ ਲਓ ਪੂਰੇ ਏਰੀਆ ਦੇ ਵਿੱਚ ਵੀਰ ਵੀਰ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ। ਐਮਰਜੈਂਸੀ ਰਾਤ ਵੇਲੇ ਜਦੋਂ ਸਾਨੂੰ ਕਾਲਸ ਆ ਰਹੀਆਂ ਸੀ ਕਿ ਸਾਨੂੰ ਸਵੇਰੇ ਸੈਂਡ ਬੈਗ ਚਾਹੀਦਾ, ਨਹੀਂ ਤਾਂ ਸਾਡਾ ਬੰਨ ਟੁੱਟ ਕੇ ਅਤੇ ਪਿੰਡ ਦੇ ਵਿੱਚ ਹੋਰ ਨੁਕਸਾਨ ਕਰ ਦੇਣਾ ਅਤੇ ਸਾਡੇ ਪਿੰਡ ਵੀ ਤਬਾਹ ਹੋ ਜਾਣੇ ਨੇ। ਸੋ ਕਿਉਂਕਿ ਪਾਣੀ ਦੇ ਬਲੌਕ ਹੋਣ ਦੇ ਕਰਕੇ ਜਾਂ ਪਾਣੀ ਦੇ ਬਹਾਵ ਦੇ ਕਰਕੇ ਕਈ ਬੰਨਾਂ ਦੇ ਵਿੱਚ ਤਰੇੜਾਂ ਆ ਚੁੱਕੀਆਂ ਅਤੇ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਾਨੂੰ ਰਿਕੁਐਸਟ ਆਈ ਸੀ ਕਿ ਜਿੰਨੇ ਤੁਸੀਂ ਵੋਲੰਟੀਅਰਸ ਸੈਂਡ ਬੈਗਸ ਦੇ ਉੱਤੇ ਲਗਾ ਸਕੋ ਕਿ ਸਾਨੂੰ ਵੀ ਰਿਕੁਆਇਰਮੈਂਟ ਹੈ, ਅਤੇ ਇਹ ਸਾਰੀ ਚੀਜ਼ਾਂ ਰਿਕੁਆਇਰਮੈਂਟਸ ਨੂੰ ਦੇਖਦੇ ਹੋਏ, ਨੀਡ ਨੂੰ ਦੇਖਦੇ ਹੋਏ ਇਹ ਸਾਰੀ ਸੇਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ। ਥੋੜੀ ਗੱਟ ਥੱਲੇ ਮਾਰੋ ਥੱਲੇ। ਪਾਣੀ ਉਧਰ ਦੇ ਐਮਰਜੈਂਸੀ। ਅੱਜ ਸ਼ਾਮ ਨੂੰ ਹੀ ਸਾਨੂੰ ਪਤਾ ਲੱਗਿਆ ਕਿ ਸੈਂਡ ਬੈਗਸ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਪਿੰਡਾਂ ਦੇ ਵਿੱਚੋਂ ਜਿਹੜੀ ਆ ਰਹੀ ਹੈ ਉਹਨਾਂ ਨੂੰ ਪੂਰੀ ਕਰਨ ਲਈ ਅੱਜ ਰਾਤੋਂ ਰਾਤ ਟੀਮ ਲਗਾਉਣ ਲਈ ਸਾਨੂੰ ਲੋੜ ਪਈ ਅਤੇ ਐਮਰਜੈਂਸੀ ਸਾਰੇ ਵੋਲੰਟੀਅਰਸ ਨੂੰ ਕਾਲ ਕਰਕੇ ਤਕਰੀਬਨ 200 ਤੋਂ 250 ਵੋਲੰਟੀਅਰਸ ਜਿਹੜਾ ਉਹ ਸਿਰਫ ਸੈਂਡ ਬੈਗਸ ਨੂੰ ਫਿਲਿੰਗ ਦੇ ਉੱਤੇ ਲਗਾਇਆ ਗਿਆ ਤਾਂ ਜੋ ਸਵੇਰੇ ਅਸੀਂ ਜਿਹੜੇ 5000 ਸੈਂਡ ਬੈਗਸ ਨੇ ਉਹ ਡਿਲੀਵਰ ਕਰ ਸਕੀਏ ਅਤੇ ਜਿਹੜੀ ਪਿੰਡ ਨੂੰ ਜਿਹੜੇ ਪਾੜ ਪਏ ਨੇ ਜਾਂ ਜਿਹੜੇ ਹੋਰ ਖਤਰੇ ਨਿਸ਼ਾਨੀਆਂ 'ਤੇ ਨੇ ਅਤੇ ਉਹਨਾਂ ਨੂੰ ਰੋਕਿਆ ਜਾ ਸਕੇ। ਕਮੈਂਟਸ ਕਾਫੀ ਆ ਰਹੇ ਕਿ ਲੋਕੇਸ਼ਨ ਕਿਹੜੀ ਆ, ਇਹ ਜਲੰਧਰ ਦੇ ਵਿੱਚ ਅਰਬਨ ਸਟੇਟ ਫੇਸ 2 ਪੁੱਡਾ ਮਾਰਕੀਟ ਦੇ ਵਿੱਚ ਜਿਹੜਾ ਡਿਸਪੈਚ ਸੈਂਟਰ ਹੈ ਉਹ ਬਣਿਆ ਕਿ ਜਿਹੜੇ ਸੈਂਡ ਬੈਗਸ ਆ ਉਹ ਇੱਥੋਂ ਡਿਸਪੈਚ ਹੋਣੇ ਸ਼ੁਰੂ ਹੋਣ ਤਾਂ ਜੋ ਵੱਖ ਵੱਖ ਲੋਕੇਸ਼ਨਸ ਦੇ ਵਿੱਚ ਇਹ ਸੈਂਡ ਬੈਗਸ ਪਹੁੰਚੇ ਜਾਣ। ਕਿਉਂਕਿ ਮੈਂ ਦੁਬਾਰਾ ਇਹੀ ਦੱਸਣਾ ਚਾਹੁੰਦਾ ਕਿ ਸਭ ਤੋਂ ਜ਼ਿਆਦਾ ਐਮਰਜੈਂਸੀ ਜਿਹੜੀ ਰਿਕੁਆਇਰਮੈਂਟ ਹੁੰਦੀ ਹੈ ਜਦੋਂ ਪਾਣੀ ਆਉਂਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਪਾਣੀ ਆਉਣ ਦਾ ਜਿਹੜਾ ਮੇਨ ਰੀਜ਼ਨ ਹੈ ਉਹ ਬੰਨ ਟੁੱਟਣ ਕਰਕੇ ਆ। ਸੋ ਬੰਨ ਨੂੰ ਰੋਕਣ ਦੇ ਲਈ ਇੱਕੋ ਇੱਕ ਆਪਸ਼ਨ ਹੈ ਕਿ ਜਾਂ ਤਾਂ ਉਹਨੂੰ ਪੱਕਾ ਕੀਤਾ ਜਾਵੇ ਜਾਂ ਦੂਜਾ ਆਪਸ਼ਨ ਹੈ ਕਿ ਸੈਂਡ ਬੈਗਸ ਲਗਾ ਕੇ ਜਾਲ ਵਿੱਚ ਪਾ ਕੇ ਉਹਨਾਂ ਨੂੰ ਉਹਨਾਂ ਦੀ ਰੋਕ ਕੀਤੀ ਜਾਵੇ।
ਸੋ ਸਾਰੀ ਸੰਗਤ ਦਾ ਸਾਰੇ ਹੀ ਸੇਵਾਦਾਰਾਂ ਦਾ ਜਿਹੜੇ ਦਿਨ ਰਾਤ ਤੁਹਾਡੇ ਸਹਿਯੋਗ ਦੇ ਸਦਕਾ ਤੁਹਾਡੀਆਂ ਅਸੀਸਾਂ ਦੇ ਸਦਕਾ ਤੁਹਾਡੀ ਅਰਦਾਸਾਂ ਦੇ ਸਦਕਾ ਸਾਰੇ ਗਰਾਊਂਡ ਜ਼ੀਰੋ ਦੇ ਉੱਤੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹ ਨਿਭਾਉਂਦੇ ਹੋਏ ਨੇ ਸਮਾਂ ਅਖੀਰ ਵਿੱਚ ਫਿਰ ਤੋਂ ਮੇਰਾ ਬੋਲ ਬੋਲ ਕੇ ਫੋਨ ਸੁਣ ਸੁਣ ਕੇ ਗਲਾ ਵੀ ਇਸ ਟਾਈਮ ਆਵਾਜ਼ ਨਿਕਲਣੀ ਬੰਦ ਹੋ ਗਈ ਸੋ ਮੈਂ ਸਾਰੀ ਸੰਗਤ ਦਾ ਅਤੇ ਸਾਰੇ ਹੀ ਜਿਹੜਿਆਂ ਨੇ ਆਪਣਾ ਦਾ ਸੰਬੰਧ ਇਸ ਕਾਰਜ ਦੇ ਵਿੱਚ ਜਾਂ ਪੰਜਾਬ ਦੇ ਫਲੱਡਸ ਦੇ ਲਈ ਪਾਇਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਦਿੱਤਾ ਹੋਇਆ ਦਾ ਸੰਬੰਧ ਇਸ ਕਾਰਜਾਂ ਦੇ ਵਿੱਚ ਜਾਂ ਪੰਜਾਬ ਦੀ ਔਖੀ ਘੜੀ ਦੇ ਵਿੱਚ ਲਗਾ ਰਹੇ ਹੋ ਸੋ ਸਾਰਿਆਂ ਦਾ ਬਹੁਤ 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 ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ